ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਸਮੇਂ ਲੋਕਾਂ ਦੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਬਾਰੇ ਚੇਤਾਵਨੀਆਂ ਪ੍ਰਾਈਵੇਸੀ ਕਮਿਸ਼ਨਰ ਦੁਆਰਾ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ, ਜੋ ਨਿੱਜੀ ਅਤੇ ਜਨਤਕ ਦੋਵੇਂ ਖੇਤਰਾਂ ਨੂੰ ਜਾਰੀ ਕੀਤੀਆਂ ਗਈਆਂ ਹਨ। ਪ੍ਰਾਈਵੇਸੀ ਕਮਿਸ਼ਨਰ ਮਾਈਕਲ ਬੈਬਸਟਰ ਨੇ ਵੀਰਵਾਰ ਨੂੰ ਇੱਕ ਚੇਤਾਵਨੀ ਦੇ ਨਾਲ ਕਿਹਾ ਹੈ ਕਿ ਜਿਵੇਂ ਕਿ ਟੈਕਨੋਲੋਜੀ ਤੇਜ਼ੀ ਨਾਲ ਬਦਲ ਗਈ ਹੈ, ਉਹਨਾਂ ਤਬਦੀਲੀਆਂ ਨਾਲ ਮੇਲ ਕਰਨ ਲਈ ਰੈਕਮੈਂਡੇਸ਼ਨ ਨੂੰ ਵੀ ਅਪਡੇਟ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਦੀ ਵਰਤੋਂ ਕਰਨ ਵਾਲੀ ਕਿਸੇ ਵੀ ਸੰਸਥਾ ਨੂੰ ਲੋਕਾਂ ਦੀ ਨਿੱਜੀ ਜਾਣਕਾਰੀ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਟੈਕਨੋਲੋਜੀ ਨੂੰ ਵੱਡੇ ਉਤਪਾਦਕਾਂ ਲਾਭਾਂ ਵੱਲ ਲਿਜਾਣ ਲਈ ਚੁਣਿਆ ਗਿਆ ਸੀ, ਪਰ ਨਾਲ ਹੀ ਮਹੱਤਵਪੂਰਨ ਪ੍ਰਾਈਵੇਸੀ ਵੀ ਇਸ ਵੇਲੇ ਜੋਖਮ ਦੇ ਵਿੱਚ ਹੈ। AI ਦੇ ਵਿੱਚ ਦਿੱਤੀ ਗਈ ਜਾਣਕਾਰੀ ਜਿਵੇਂ ਕਿ ChatGPT ਆਸਾਨੀ ਨਾਲ ਪ੍ਰਾਪਤ ਨਹੀਂ ਕੀਤੀ ਜਾਂਦੀ ਅਤੇ ਇਸ ਦੀ ਵਰਤੋਂ ਲਈ ਸੀਮਤ ਕੰਟਰੋਲ ਹਨ। ਉਹਨਾਂ ਨੇ ਕਿਹਾ ਹੈ ਕਿ ਮੈਂ ਏਜੰਸੀਆਂ ਤੋਂ ਉਮੀਦ ਕਰਦਾ ਹਾਂ ਕਿ ਉਹ ਜਨਰੇਟਿਵ AI ਦੀ ਵਰਤੋਂ ਕਰਨ ਤੋਂ ਪਹਿਲਾਂ ਇਹ ਮੁਲਾਂਕਣ ਕਰਨ ਕਿ ਉਹ ਕਾਨੂੰਨ ਦੀ ਕਿਵੇਂ ਪਾਲਣਾ ਕਰਦੇ ਹਨ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਨਿੱਜੀ ਜਾਂ ਗੁਪਤ ਜਾਣਕਾਰੀ ਨੂੰ ਟੈਕਨੋਲੋਜੀ ਵਿੱਚ ਨਾ ਪਾਓ ਜਦੋਂ ਤੱਕ ਇਹ ਸਪਸ਼ਟ ਪੁਸ਼ਟੀ ਨਹੀਂ ਹੋ ਜਾਂਦੀ ਕਿ ਇਸ ਨੂੰ ਬਰਕਰਾਰ ਜਾਂ ਦੁਬਾਰਾ ਨਹੀਂ ਵਰਤਿਆ ਜਾਵੇਗਾ। ਇੱਕ ਵਿਕਲਪ ਕਿਸੇ ਵੀ ਜਾਣਕਾਰੀ ਦੇ ਇਨਪੁਟ ਡਾਟਾ ਨੂੰ ਉਤਾਰਨਾ ਹੋ ਸਕਦਾ ਹੈ, ਜੋ ਮੁੜ ਪਛਾਣ ਨੂੰ ਸਮਰੱਥ ਬਣਾਉਂਦਾ ਹੈ। ਸੰਭਾਵੀ ਪ੍ਰਾਈਵੇਸੀ ਪ੍ਰਭਾਵਾਂ ਦੇ ਮੱਦੇਨਜ਼ਰ ਸਟਾਫ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ AI ਦੀ ਵਰਤੋਂ ਕਰਨਾ ਜ਼ਰੂਰੀ ਹੈ। ਜੇਕਰ ਇਸ ਦੇ ਇਲਾਵਾ ਕੋਈ ਹੋਰ ਤਰੀਕਾ ਹੈ ਤਾਂ ਉਹਨਾਂ ਨੂੰ ਉਹ ਵੀ ਵਰਤਣਾ ਚਾਹੀਦਾ ਹੈ। ਸਟਾਫ ਨੂੰ ਬੌਸ ਅਤੇ ਪ੍ਰਾਈਵੇਸੀ ਅਫਸਰਾਂ ਤੋਂ ਸਾਈਨ ਅਪ ਲੈਣਾ ਚਾਹੀਦਾ ਹੈ ਅਤੇ ਗਾਹਕਾਂ ਨੂੰ ਦੱਸਣਾ ਚਾਹੀਦਾ ਹੈ ਕਿ AI ਦੀ ਵਰਤੋਂ ਕਦੋਂ ਕੀਤੀ ਜਾ ਰਹੀ ਹੈ। ਬੈਬਸਟਰ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਟੈਕਨੋਲੋਜੀ ਦੁਆਰਾ ਤਿਆਰ ਕੀਤੀ ਗਈ ਕਿਸੇ ਵੀ ਜਾਣਕਾਰੀ ਦੀ ਸਮੀਖਿਆ ਕਰਨੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਕੋਈ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਏਜੰਸੀਆਂ ਤੋਂ ਟੈਕਨੋਲੋਜੀ ਦੀ ਵਰਤੋਂ ਕਰਨ ਤੋਂ ਪਹਿਲਾਂ ਪ੍ਰਾਈਵੇਸੀ ਪ੍ਰਭਾਵ ਮੁਲਾਂਕਣ ਸਮੇਤ ਪੂਰੀ ਲਗਨ ਅਤੇ ਪ੍ਰਾਈਵੇਸੀ ਵਿਸ਼ਲੇਸ਼ਣ ਕਰਨ ਦੀ ਉਮੀਦ ਵੀ ਕੀਤੀ ਹੈ। ਬਿਊਰੋ ਰਿਪੋਰਟ, ਐਨਜੈਟ, ਪੰਜਾਬੀ ਨਿਊਜ਼।